ਕ੍ਰਿਸ਼ਨ ਸਿੰਘ ਹੈ ਇਹ ਪੈਸਿਆਂ ਦੀ ਸਾਨੂੰ ਧਮਕੀਆਂ ਦਿੰਦਾ ਸੀ 1,45,000 ਇਹਦੇ ਕੋਲ ਲੈ ਸੀ ਅਸੀਂ 2,95,000 ਇਹਨੂੰ ਦੇ ਚੁੱਕੇ ਹਾਂ ਅਤੇ ਉਲਟਾ ਇਹ ਵਿਆਜ 'ਤੇ ਵਿਆਜ ਚੜ੍ਹ ਹੀ ਗਿਆ ਸਾਨੂੰ ਅਤੇ ਇਸੇ ਵਜ੍ਹਾ ਕਾਰਨ ਇਸੇ ਪਰੇਸ਼ਾਨੀ ਕਰਕੇ ਸਾਡੇ ਡੈਡੀ ਨੇ ਖੁਦਕੁਸ਼ੀ ਕਰ ਲਈ 2,95,000 ਦੇਣ ਤੋਂ ਬਾਅਦ ਫਿਰ ਪੈਸੇ ਚੜ੍ਹਾਏ ਫਿਰ ਪੈਸੇ ਵਿਆਜ 'ਤੇ ਵਿਆਜ ਪਾਈ ਜਾਂਦਾ ਸੀ ਇਹ ਚੈੱਕ ਜੀ ਸਾਡੇ ਭਰਾ ਤੋਂ ਇਹਨਾਂ ਚੈੱਕ 'ਤੇ ਸਾਈਨ ਕਰਵਾਇਆ ਜ਼ਬਰਦਸਤੀ ਧਮਕੀਆਂ ਦਿੰਦਾ ਸੀ ਧਮਕੀਆਂ ਦੇ ਕੇ ਇਹਨੇ ਸਾਈਨ ਕਰਵਾ ਲਏ ਆ ਅਤੇ 3,50,000 ਰੁਪਇਆ ਮੰਗਦਾ ਸਾਡੇ ਚੈੱਕ ਬੋਰਡ ਚਲਾਤਾ ਹਾਂਜੀ ਅਤੇ ਪਹਿਲੇ ਜ਼ਮੀਨ ਦੇ ਕਾਗਜ਼ ਵੀ ਕੁਝ ਦਿੱਤੇ ਹਾਂਜੀ ਕਿੰਨੀ ਜ਼ਮੀਨ ਸੀ ਜ਼ਮੀਨ 'ਚ ਸਾਡੀ 2 ਕਿੱਲੇ ਸੀ ਉਹਦੇ ਕਾਗਜ਼ਾਂ ਦਿੱਤੇ ਅਤੇ ਉਹਦੇ ਕਾਗਜ਼ਾਂ ਨੇ ਦਿੱਤੇ ਸੀ ਕਿਸਾਨ ਦਾ ਤਾਂ 38 ਦਾ ਕੋਈ ਲੈਣ ਦੇਣ ਦਾ ਪੈਸਾ ਤਾਂ ਹੈਗਾ ਸੀਗਾ ਉਹਦੇ ਬੇਟੇ ਨੇ ਦੱਸਿਆ ਵੀ ਪੈਸੇ ਅਸੀਂ ਮੋੜ 'ਤੇ ਫਿਰ ਵੀ ਉਹਨੇ ਜਿਹੜਾ ਚੈੱਕ ਲਾ ਦਿੱਤਾ ਸੀਗਾ ਉਹਦੇ ਸਦਮੇ ਕਰਕੇ ਉਹ ਜਿਹੜਾ ਉਹਨੇ ਮਤਲਬ ਉਹਦੀ ਡੈਥ ਹੋ ਗਈ ਸਦਮੇ ਕਰਕੇ ਕਿਸਾਨ ਦਾ ਕੀ ਨਾਮ ਆ ਅਤੇ ਕਿਸਾਨ ਦਾ ਨਾਂ ਹੈਗਾ ਪਰਮਜੀਤ ਸਿੰਘ ਚਾਟੀ ਪਿੰਡ ਦਾ ਹੈ ਅਤੇ ਆੜ੍ਹਤੀ ਦਰਸ਼ਨ ਸਿੰਘ ਹੈ ਉਹਦਾ ਪਿੰਡ ਕੋਈ ਉਹਦੇ ਪੱਟੀ ਦੇ ਸ਼ਹਿਰ ਦੇ ਲੱਗ ਗਿਆ ਮੰਡਿਆਲਾ ਪਿੰਡ ਇੱਦਾਂ ਕੋਈ ਅਤੇ ਕੀ ਪੈਸੇ ਦਾ ਕਿੰਨਾ ਕੁ ਲੈਣ ਦਿੰਦੇ ਸਰ ਇਹਨਾਂ ਦਾ ਹੈਗਾ 3-7 ਲੱਖ ਦਾ ਹੈਗਾ ਸੁਸਾਈਡ ਨੋਟ ਲੈ ਕੇ ਗਿਆ ਕਿਸਾਨ ਕੋਈ ਸੁਸਾਈਡ ਨੋਟ ਬਾਰੇ ਦੇਖਦਾ